ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਵਿੱਚ ਪੰਚਾਇਤੀ ਚੋਣ ਨੂੰ ਲੈ ਕੇ ਲੜਾਈ ਹੋਈ ਹੈ। 25 ਦੇ ਉਮੀਦਵਾਰ 2 ਲੋਕ ਜ਼ਖਮੀ ਹੋਏ ਨੇ, ਵਿਰੋਧੀਆਂ ਦੇ ਸਿਰ ਫੋੜ ਦਿੱਤੇ ਗਏ ਨੇ। ਸਰਕਾਰੀ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ। ਇਸ ਦੌਰਾਨ ਗੱਡੀਆਂ ਦੀ ਵੀ ਤੋੜ ਫੋੜ ਕੀਤੀ ਗਈ ਹੈ। ਜ਼ਖਮੀ ਉਮੀਦਵਾਰ ਗੁਰਜਨ ਸਿੰਘ ਨੇ ਦੱਸਿਆ ਕਿ ਉਹ ਵਾਰਡ ਨੰਬਰ 9 ਤੋਂ ਉਮੀਦਵਾਰ ਹੈ ਜੋ ਕਿ ਚੋਣ ਲੜ ਰਿਹਾ ਹੈ। ਨਾਮ ਮੇਰਾ ਗੁਰਜਨ ਸਿੰਘ ਆ ਜੀ, ਪਿੰਡ ਕਰਮਗੜ੍ਹ ਤੋਂ। ਮੈਂ ਵਾਰਡ ਨੰਬਰ 9 ਤੋਂ 25 ਦੀ ਚੋਣ ਲੜ ਰਿਹਾ ਜੀ। ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਰਾਤ ਜਦੋਂ ਪਿੰਡ ਦੇ ਵਿੱਚੋਂ ਜਾ ਰਹੇ ਸੀ ਆਪਣੇ ਘਰ ਨੂੰ, ਤਾਂ ਸਾਨੂੰ ਕੁਛ ਬੰਦਿਆਂ ਨੇ ਘੇਰ ਕੇ, ਇੱਕ ਜਿਹੜਾ ਦੂਜਾ ਵਿਰੋਧੀ ਸਾਡਾ ਸਰਪੰਚੀ ਲੜ ਰਿਹਾ ਹੈਗਾ, ਸਿਰਫ ਉਹ ਹਾਰ ਦੀ ਬਖਲਾਹਟ ਨੂੰ ਦੇਖਦੇ ਹੋਈ 20-25 ਗੁੰਡਿਆਂ ਨੂੰ ਲੈ ਕੇ ਜਿਹੜਾ ਉਹ ਸਾਡੀ ਗੱਡੀ 'ਤੇ ਹਮਲਾ ਕਰਤਾ ਜੀ। ਜਿਹੜਾ ਮੇਰਾ ਦੂਜਾ ਫਰੈਂਡ ਸੀ ਉਹ ਗੱਡੀ ਚਲਾ ਰਿਹਾ ਸੀ, ਮੈਂ ਨਾਲ ਬੈਠਾ ਸੀ, ਅਤੇ ਰਾੜਾਂ ਦੇ ਨਾਲ ਡਾਂਗਾਂ ਦੇ ਨਾਲ ਹਮਲਾ ਕੀਤਾ, ਜਿਹਦੇ ਵਿੱਚ ਉਹਦੇ ਵੀ ਸਿਰ 'ਤੇ ਸੱਟ ਆ ਅਤੇ ਮੇਰੇ ਵੀ ਜਿਹੜੀ ਸੱਟ ਆ ਉਹ ਬਹੁਤ ਜ਼ਿਆਦਾ ਆ ਜੀ। ਰੰਜਿਸ਼ ਕੋਈ ਨਹੀਂ, ਰੰਜਿਸ਼ ਬਸ ਸਿਰਫ ਇੱਕ ਬਖਲਾਹਟ ਆ ਵੀ ਉਹ ਚੋਣਾਂ ਦੇ ਵਿੱਚ ਹਾਰ ਰਹੇ ਨੇ। ਉਹਦਾ ਘੱਟੋ ਘੱਟ 20 ਜਣੇ ਹੋਣਗੇ ਜੀ, ਜਿਹਨਾਂ ਕੋਲ ਰਾੜ, ਸੋਟੀਆਂ, ਗਣਾਸੇ ਸਾਰਾ ਕੁਛ ਸੀ। ਮੰਗ ਕਰਦੇ ਹਾਂ ਜੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਅਸੀਂ ਹਸਪਤਾਲ ਬੈਠੇ ਹਾਂ, ਉਹ ਚੋਣ ਲੜ ਰਹੇ ਨੇ, ਉਹਨਾਂ ਨੇ ਸਾਡੀ ਚੋਣ ਤਾਂ ਖਰਾਬ ਕੀਤੀ ਆ, ਉਹਨਾਂ ਦੀਆਂ ਅਰੈਸਟਾਂ ਪੈਣ, ਪਰਚਾ ਦਰਜ ਹੋਵੇ, ਬਸ ਆਹੀ ਮੰਗ ਆ ਜੀ। ਹਾਂਜੀ, ਥਾਣਾ ਠੁੱਲੀਵਾਲ ਤੋਂ ਮਾਣਯੋਗ ਮੁਲਾਜ਼ਮ ਸਾਹਿਬ ਪਹੁੰਚੇ ਨੇ, ਬਹੁਤ ਵਧੀਆ ਰਿਸਪੋਂਸ ਆ ਅਤੇ ਯਕੀਨ ਦੁਆਰੇ ਨੇ ਵੀ ਅਸੀਂ ਜੋ ਬਣਦੀ ਕਾਰਵਾਈ ਆ ਉਹ ਕਾਰਵਾਈ ਕਰਾਂਗੇ ਜੀ। ਪਿੰਡ ਕਰਮਗੜ੍ਹ ਜੀ, ਜ਼ਿਲ੍ਹਾ ਬਰਨਾਲਾ ਜੀ। ਮੇਰੇ ਸਿਰ ਦੇ ਵੀ ਸੱਟਾਂ ਨੇ ਜੀ, 8-9 ਟਾਂਕੇ ਨੇ, ਮੱਥਾ ਜਿਹੜਾ ਹੈਗਾ ਉਹ ਪਾੜ ਦਿੱਤਾ, ਰਾੜ ਵੱਜੀ ਆ ਸ਼ਾਇਦ ਜਾਂ ਕੋਈ ਗਣਾਸੀ ਹੈ ਮੈਨੂੰ ਪਤਾ ਨਹੀਂ, ਪਰ ਸੱਟ ਜਿਹੜੀ ਉਹ ਬਹੁਤ ਡੂੰਘੀ ਅਤੇ ਗਹਿਰੀ ਹੈ ਜੀ। 2 ਜਣੇ ਜ਼ਖਮੀ ਹੋਏ ਜੀ ਅਸੀਂ। ਏਐਸਆਈ ਹਰਵਿੰਦਰਪਾਲ ਥਾਣਾ ਠੋਲੀਵਾਲ ਤੋਂ। ਗੁਰਜੰਡ ਸਿੰਘ ਪੁੱਤਰ ਕਰਨੈਲ ਸਿੰਘ ਦੇ ਸੱਟ ਲੱਗਣ ਕਾਰਨ ਹਸਪਤਾਲ ਦੇ ਵਿੱਚ ਪਹੁੰਚਿਆ ਅਤੇ ਉਹਨਾਂ ਦਾ ਗੁਰਜੰਡ ਸਿੰਘ ਦਾ ਬਿਆਨ ਹਾਸਲ ਕਰਕੇ ਜੋ ਬਣਦੀ ਕਾਰਵਾਈ ਹੋਊਗੀ ਉਹਨੂੰ ਮੈਂ ਅਮਲ 'ਚ ਲਿਆਵਾਂਗਾ। ਸਰ ਕਿੱਥੇ ਲੜਾਈ ਹੋਈ ਅਤੇ ਹੁਣ ਤਾਂ ਕੋਈ ਅਰੈਸਟ ਹੋਇਆ ਜੀ? ਇਹ ਪੰਚਾਇਤੀ ਚੋਣਾਂ ਦੇ ਬਾਬਤ ਹੀ ਕੋਈ ਇਹਨਾਂ ਦਾ ਹੈਗਾ ਬੰਦੇ ਅਰੈਸਟ ਕਰਨ 'ਤੇ, ਇਸ ਤੋਂ ਬਾਅਦ ਅਸੀਂ ਲੱਗੇ ਹੋਏ ਹਾਂ ਪੰਚਾਇਤੀ ਚੋਣਾਂ ਦੇ ਦੌਰ ਨੂੰ ਦੇਖ ਕੇ, ਪੁਲਿਸ ਥੋੜ੍ਹੀ ਉਹ ਘੱਟ ਹੋਣ ਕਰਕੇ, ਮਤਲਬ ਅਸੀਂ ਆਪਣਾ ਰੋਲ ਅਦਾ ਕਰੀ ਜਾਂਦੇ ਹਾਂ ਪਰ ਹਜੇ ਉਹ ਨਹੀਂ ਹੋਈ, ਰੈਸਟ ਨਹੀਂ ਕਿਸੇ ਦੀ ਪਈ। ਸਰ ਕਿਹੜੇ ਪਿੰਡ ਦੀ ਘਟਨਾ ਸੀ? ਕਰਮਗੜ੍ਹ ਦੀ। ਅਤੇ ਸਰ ਹੁਣ ਜਿਹੜੀ ਪੰਚਾਇਤੀ ਚੋਣ, 5 ਦੀ ਚੋਣ ਪੈ ਰਹੀ, ਉਹ ਰੈਗੂਲਰ ਪੈ ਰਹੀ ਜੀ ਉਹਨਾਂ ਦੀ? ਹਾਂ, ਉਹਦੇ 'ਚ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਪੈਣ ਦਊਂਗਾ। ਅਤੇ ਸਰ ਕਿੱਥੇ ਦਾਖਲਾ ਜੀ ਹੁਣ ਇਹ, ਕੋਈ ਉਹਦੇ ਪ੍ਰਬੰਧ ਕੀਤੇ ਗਏ ਜੀ ਸੁਰੱਖਿਆ ਨੂੰ ਲੈ ਕੇ ਜੀ ਪੁਲਿਸ ਵੱਲੋਂ? ਹਾਂ, ਸਿਵਲ ਹਸਪਤਾਲ ਬਰਨਾਲਾ ਵਿਖੇ ਇਹ ਦਾਖਲ ਹੈ, ਉਹਦਾ ਬਿਆਨ ਵੀ ਲਵਾਂਗੇ ਅਤੇ ਉਹਦੀ ਸੁਰੱਖਿਆ ਵੀ ਕਰਾਂਗੇ।